ਐਪਲ ਏਅਰਪੋਰਟ ਦੀ ਅਨਬੋਕਸਿੰਗ ਕਰਨ ਜਾ ਰਹੇ ਹਾਂ ਅਤੇ ਤੁਹਾਨੂੰ ਵਿਖਾਉਂਦੇ ਹਾਂ ਆਪਾਂ ਜੀ ਐਪਲ ਅਨਬੋਕਸਿੰਗ। ਇੱਧਰ ਵੀ ਸੇਫ ਬਣਿਆ ਹੋਇਆ ਜੀ। ਆ ਜਿਹੜੇ ਆਪਣਾ ਏਅਰਪੋਰਟ ਨੇ ਇਹ ਬਾਹਰ ਨੂੰ ਨਿਕਲੇ ਹੋਏ ਨੇ ਥੋੜ੍ਹੇ ਜਿਹੇ, ਅਤੇ ਇੱਧਰ ਏਅਰਪੋਰਟ ਲਿਖਿਆ ਹੈ, ਇੱਧਰ ਸਟੀਕਰ ਲੱਗਾ ਹੋਇਆ, ਇੱਧਰ ਐਪਲ ਦਾ ਨਿਸ਼ਾਨ ਹੈ ਜੀ। ਹੁਣ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਜੀ ਅਨਬੋਕਸਿੰਗ। ਜੀ ਆ ਹੋ ਗਿਆ ਜੀ, ਠੀਕ ਹੈ ਜੀ। ਆ ਹੁਣ ਹੈਗਾ ਜੀ ਇਹਦਾ ਐਪਲ ਦਾ ਲਿਖਿਆ ਹੋਇਆ ਜੀ, ਡਿਜ਼ਾਈਨ ਬਾਏ ਐਪਲ ਇਨ ਕੈਲੀਫੋਰਨੀਆ, ਠੀਕ ਹੈ ਜੀ। ਇਹਦੇ ਵਿੱਚ ਪੇਪਰ ਵਰਕ ਹੈ ਲੱਗਦਾ, ਏਅਰਪੋਰਟ ਬਾਰੇ ਦੱਸਿਆ ਹੋਇਆ ਜੀ, ਪੇਪਰ ਵਰਕ ਹੈ ਸਾਰਾ ਕੁਝ, ਇਹਨੂੰ ਆਪਾਂ ਬਾਅਦ 'ਚ ਵੇਖਦੇ ਹਾਂ। ਵਾਓ ਜੀ, ਆ ਹੋਏ ਜੀ ਐਪਲ ਦੇ ਏਅਰਪੋਰਟਸ, ਕਿਆ ਪਤਾ ਜੀ। ਇਹਨੂੰ ਆਪਾਂ ਸਾਈਡ 'ਤੇ ਰੱਖੀਏ, ਵਿੱਚ ਵਿਖੀਏ ਵਿੱਚ ਕੀ ਆ ਜੀ, ਠੀਕ ਹੈ ਜੀ। ਵਿੱਚ ਆ ਵਾ ਜੀ ਆਪਣਾ ਲਾਈਟਨਿੰਗ ਕੇਬਲ ਚਾਰਜਿੰਗ ਵਾਲੀ ਐਪਲ ਦੀ, ਠੀਕ ਹੈ ਜੀ। ਇਹ ਆਪਾਂ ਇਹਨੂੰ ਵਾਪਸ ਰੱਖ ਦਈਏ। ਆਪਾਂ ਹੁਣ ਜੀ ਇਹਨਾਂ ਨਾਲ ਹੋਈਏ, ਇਹਨਾਂ ਨੂੰ ਆਪਾਂ ਠੀਕ ਹੈ ਜੀ ਖੋਲਿਆ ਜੀ ਇਹਨੂੰ। ਅੱਛਾ ਇੱਦਾਂ ਜੀ ਸਲਾਈਡ ਕੀਤਾ ਜੀ, ਵਾਹ ਜੀ ਵਾਹ, ਠੀਕ ਹੈ ਜੀ। ਆ ਦੋ ਜੀ, ਇਹ ਮੈਂ ਔਨ ਕੀਤਾ ਜੀ, ਇਹਨੂੰ ਚਾਰਜ ਹੋ ਰਹੇ ਆ, ਠੀਕ ਹੈ ਜੀ। ਇੱਧਰ ਆ ਸਵਿੱਚ ਲੱਗਾ ਹੋਇਆ ਹੈ, ਇਹਨੂੰ ਨੱਪਾਂਗੇ ਜਦੋਂ ਚਾਰਜਿੰਗ ਸ਼ੁਰੂ ਹੋ ਜੂਗੀ, ਜਦੋਂ ਤੁਹਾਡੀ ਬੈਟਰੀ ਲੋਅ ਹੋਗੀ, ਠੀਕ ਹੈ ਜੀ। ਆ ਹੈ ਜੀ ਐਪਲ ਏਅਰਪੋਰਟਸ, ਠੀਕ ਹੈ ਜੀ। ਇਹ ਆਪਾਂ ਤੁਹਾਨੂੰ ਹੁਣ ਕੱਢ ਕੇ ਵਿਖਾਉਂਦੇ ਹਾਂ। ਲਓ ਜੀ ਇੱਧਰ ਵੀ ਸੈਂਸਰ ਲੱਗਾ ਹੋਇਆ ਹੈ, ਆ ਵੀ ਕਾਲਾ ਜਿਹਾ ਸੈਂਸਰ ਹੈ ਬਲੈਕ। ਆ ਨੋਇਸ ਕੈਂਸਲੇਸ਼ਨ, ਇਹਦੀ ਮਾਈਕ ਹੈ ਜੀ ਆ, ਠੀਕ ਹੈ ਜੀ। ਦੂਜੇ ਦਾ ਵੀ ਇਹੋ ਕੁਛ ਹੀ ਹੈ, ਦੂਜੇ ਦੇ ਵਿੱਚ ਵੀ ਵਿੱਚ ਪਾ ਦਾਂਗੇ, ਚਾਰਜਿੰਗ ਲਾਈਟ ਜਗ ਗਈ ਉਹ, ਠੀਕ ਹੈ ਜੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹਨਾਂ ਦਾ ਰਿਵਿਊ ਦੱਸਾਂਗੇ ਕਿ ਕਿੱਦਾਂ ਦੇ ਰਹੇ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ।